ओम नमः शिवाय। श्री शिव पुराण दूजा खंड सत्वां अध्याय। ब्रह्मा जी ने कहा, हे नारद, अजिहा केड़ा व्यक्ति है जो भगवती महामाया दे उस अनुपम अते सोने शरीर नु देख के मोहित ना हो जावे। उन्हां दे दर्शन प्राप्त करके देवता अते ऋषि मुनि भी मोहित हो जाते हैं। ਉਹ ਆਪਣੇ ਮੁੱਖ ਚਿੰਨ੍ਹਾਂ ਤੇ ਸਜਾਵਟ ਅਤੇ ਕੱਪੜੇ ਗਹਿਣੇ ਨੂੰ ਧਾਰਨ ਕੀਤੇ ਹੋਏ ਸੀ। ਉਹ ਸ਼ੇਰ ਤੇ ਸਵਾਰ ਸੀ। ਉਹਨਾਂ ਦੇ ਉਸ ਰੂਪ ਨੂੰ ਦੇਖ ਕੇ ਮੈਂ ਆਪਣਾ ਸਿਰ ਥੱਲੇ ਝੁਕਾ ਕੇ ਉਹਨਾਂ ਨੂੰ ਪ੍ਰਾਰਥਨਾ ਕਰਨ ਲੱਗਾ। ਉਸ ਵੇਲੇ ਭਗਵਤੀ ਭਵਾਨੀ ਨੇ ਮੇਰੇ ਤੇ ਦਇਆ ਕਰਦੇ ਹੋਏ ਕਿਹਾ, ਹੇ ਬ੍ਰਾਹਮਣ, ਤੁਸੀਂ ਜੋ ਚਾਹੁੰਦੇ ਹੋ ਉਹ ਵਰ ਮੰਗ ਲਵੋ। ਇਹ ਸੁਣ ਕੇ ਮੈਂ ਆਪਣੀਆਂ ਪਿਛਲੀਆਂ ਗੱਲਾਂ ਨੂੰ ਯਾਦ ਕਰਦੇ ਹੋਏ ਕਿਹਾ, ਹੇ ਮਾਤੇਸ਼ਵਰੀ, ਰੁਦਰ ਤੇ ਨਾਂ ਦੇ ਸ਼ਿਵ ਅਵਤਾਰ ਨੇ ਮੈਨੂੰ ਬਹੁਤ ਹੀ ਕੋੜੇ ਸ਼ਬਦ ਕਹੇ ਹਨ ਅਤੇ ਬੇਕਾਰ ਹੀ ਧਿਕਾਰਿਆ ਹੈ। ਸੋ ਤੁਸੀਂ ਅਵਤਾਰ ਲੈ ਕੇ ਉਹਨਾਂ ਨੂੰ ਆਪਣੇ ਅਧੀਨ ਕਰ ਲਓ, ਜਿਸ ਨਾਲ ਉਹ ਵੀ ਸਾਡੀ ਤਰ੍ਹਾਂ ਹੀ ਗ੍ਰਸਤ ਹੋ ਜਾਣ। ਕਿਰਪਾ ਕਰਕੇ ਤੁਸੀਂ ਇਹੀ ਵਰਦਾਨ ਦਕਸ਼ ਪ੍ਰਜਾਪਤੀ ਨੂੰ ਵੀ ਦੇਵੋ, ਕਿਉਂਕਿ ਇਸੇ ਆਸ ਨੂੰ ਲਏ ਉਹ ਵੀ ਤੁਹਾਡੀ ਆਰਾਧਨਾ ਕਰ ਰਿਹਾ ਹੈ। ਤਿੰਨ ਲੋਕਾਂ ਵਿੱਚ ਤੁਹਾਡੇ ਬਗੈਰ ਕੋਈ ਅਜਿਹਾ ਨਹੀਂ ਜੋ ਸ਼ਿਵਜੀ ਨੂੰ ਮੋਹਿਤ ਕਰ ਸਕੇ। ਹੇ ਨਾਰਦ, ਮੇਰੀ ਗੱਲ ਸੁਣ ਕੇ ਭਗਵਤੀ ਭਵਾਨੀ ਨੇ ਕਿਹਾ, ਹੇ ਬ੍ਰਹਮਾ, ਤੁਸੀਂ ਧੋਖਾ ਦੇ ਕੇ ਮੇਰੇ ਤੋਂ ਇਹ ਮੰਗ ਰਹੇ ਹੋ, ਜਿਸ ਨਾਲ ਤੁਹਾਨੂੰ ਕੀ ਲਾਭ ਹੋਵੇਗਾ? ਇਸ ਸਮੇਂ ਤੁਸੀਂ ਮੇਰੇ ਸਾਹਮਣੇ ਔਂਕੜਾਂ ਸੰਕਟ ਵੀ ਪੇਸ਼ ਕਰ ਰਹੇ ਹੋ ਕਿ ਮੈਂ ਤੁਹਾਨੂੰ ਵਰਦਾਨ ਨਾ ਦੇਵਾਂ ਤਾਂ ਵੇਦ ਦਾ ਮਾਰਗ ਨਸ਼ਟ ਹੋ ਜਾਵੇਗਾ। ਇੰਨਾ ਕਹਿ ਕੇ ਭਗਵਤੀ ਨੇ ਯੋਗ ਧਰਨ ਦੁਆਰਾ ਉਹਨਾਂ ਪਾਰ ਬ੍ਰਹਮ ਪਰਮੇਸ਼ਵਰ ਦਾ ਧਿਆਨ ਕੀਤਾ, ਜੋ ਆਪਣੇ ਭਗਤਾਂ ਨੂੰ ਖੁਸ਼ੀ ਦਿੰਦੇ ਹਨ ਅਤੇ ਸਭ ਦੇ ਮਨਾਂ ਦਾ ਹਾਲ ਜਾਣਦੇ ਹਨ। ਭਗਵਾਨ ਸਦਾਸ਼ਿਵ ਨੇ ਉਹਨਾਂ ਨੂੰ ਧਿਆਨ ਕਰਨ ਦੀ ਅਵਸਥਾ ਵਿੱਚ ਇਹ ਆਗਿਆ ਦਿੱਤੀ ਕਿ ਬ੍ਰਹਮਾ ਜਿਸ ਵਰਦਾਨ ਨੂੰ ਮੰਗਦੇ ਹਨ ਉਹਨਾਂ ਨੂੰ ਦੇ ਦਿਓ ਅਤੇ ਤੁਸੀਂ ਅਵਤਾਰ ਲੈਣਾ ਮੰਨ ਲਵੋ। ਅਸੀਂ ਤੁਹਾਨੂੰ ਬਹੁਤ ਪਿਆਰ ਨਾਲ ਅੰਗੀਕਾਰ ਕਰਾਂਗੇ ਅਤੇ ਬ੍ਰਹਮਾ ਨੂੰ ਇਸ ਤਰ੍ਹਾਂ ਮੋਹਿਤ ਕਰਾਂਗੇ ਕਿ ਉਹਨਾਂ ਦਾ ਸਭ ਅਭਿਮਾਨ ਨਸ਼ਟ ਹੋ ਜਾਵੇਗਾ। ਪਾਰ ਬ੍ਰਹਮਾ ਦੀ ਅਜਿਹੀ ਆਗਿਆ ਪਾ ਕੇ ਭਗਵਤੀ ਜਗਦੰਬਾ ਨੇ ਮੈਨੂੰ ਕਿਹਾ, ਹੇ ਬ੍ਰਹਮਾ, ਹਰ ਰੂਪੀ ਭਗਵਾਨ ਸਦਾਸ਼ਿਵ ਯੋਗੀ ਰਾਜ ਹਨ, ਉਹਨਾਂ ਨੂੰ ਮੋਹਿਤ ਨਹੀਂ ਕੀਤਾ ਜਾ ਸਕਦਾ, ਪਰ ਤੁਹਾਡੀ ਪ੍ਰਾਰਥਨਾ ਦੇ ਅਨੁਸਾਰ ਤੁਹਾਡਾ ਮਨੋਰਥ ਸਿੱਧ ਕਰ ਦਿੱਤਾ ਜਾਏਗਾ। ਜਦ ਤੱਕ ਹਰ ਇਸਤਰੀ ਨੂੰ ਸਵੀਕਾਰ ਨਹੀਂ ਕਰਨਗੇ ਤਦ ਤੱਕ ਨਾ ਤਾਂ ਉਹਨਾਂ ਨੂੰ ਪਰਲੋਕ ਦਾ ਫਲ ਮਿਲੇਗਾ ਅਤੇ ਨਾ ਸੰਸਾਰ ਵਿੱਚ ਸੁੱਖ ਹੀ ਪ੍ਰਾਪਤ ਹੋਵੇਗਾ। ਸੋ ਮੈਂ ਉਹਨਾਂ ਦੇ ਅਧੀਨ ਦਕਸ਼ ਪ੍ਰਜਾਪਤੀ ਦੀ ਧੀ ਦੇ ਰੂਪ ਵਿੱਚ ਆਪ ਹੀ ਅਵਤਾਰ ਗ੍ਰਹਿਣ ਕਰਾਂਗੀ। ਉਸ ਵੇਲੇ ਸ਼ਿਵ ਜੀ ਮੇਰੇ ਤੇ ਮੋਹਿਤ ਹੋ ਕੇ ਮੇਰੇ ਨਾਲ ਵਿਆਹ ਕਰ ਲੈਣਗੇ। ਇੰਨਾ ਕਹਿ ਕੇ ਭਗਵਤੀ ਮਨ ਮਾਇਆ ਅਲੋਪ ਹੋ ਗਈ ਅਤੇ ਮੈਨੂੰ ਬਹੁਤ ਖੁਸ਼ੀ ਪ੍ਰਾਪਤ ਹੋਈ। ਇਤੀ ਅਧਿਆਇ 7 ਸਮਾਪਤ।